ਬੜੇ ਸਾਰੇ ਸਰੋਤਿਆਂ ਦਾ ਸਰੋਤਿਆਂ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਜੋਧਾ ਜਿਹੜਾ ਕਸਬਾ ਹੈ ਉਹ ਜਿਹੜੀ ਜੰਮਦੇ ਬੱਚੇ ਨੂੰ ਵੀ ਜਿਹੜੀ ਕੁੜਤੀ ਦਿੱਤੀ ਜਾਂਦੀ ਹੈਗੀ ਉਹ ਇਨਕਲਾਬ ਦੀ ਦਿੱਤੀ ਜਾਂਦੀ ਹੈ ਬੜੇ ਇਨਕਲਾਬੀ ਇੱਥੇ ਧਰਤੀ ਦੇ ਉੱਤੇ ਪੈਦਾ ਹੋਏ ਨੇ ਸੋ ਅੱਜ ਜਿਹੜੀ ਮੀਟਿੰਗ ਹੈ ਉਹ ਜਨਵਾਦੀ ਇਸਤਰੀ ਸਭਾ ਦੀ ਮੀਟਿੰਗ ਹੈ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਿਹੜਾ ਸ਼ਹੀਦੀ ਦਿਵਸ ਹੈ ਉਸ ਸ਼ਹੀਦੀ ਦਿਵਸ ਨੂੰ ਸਮਰਪਿਤ ਅੱਜ ਸਾਡੇ NRI ਇਨਕਲਾਬੀ ਮੰਚ ਦੇ ਪ੍ਰਧਾਨ ਜਿਹੜੇ ਦਵਿੰਦਰ ਪੱਪੂ ਜੀ ਨੇ ਅਤੇ ਉਹਨਾਂ ਦੇ ਮਾਤਾ ਜੀ ਵੱਲੋਂ ਅੱਜ ਜਿਹੜੀਆਂ ਇਸਤਰੀ ਸਭਾ ਜਨਵਾਦੀ ਇਸਤਰੀ ਸਭਾ ਯੋਧਾ ਹੈ ਅਤੇ ਉਹਨਾਂ ਨੂੰ ਅੱਜ ਇਹ ਕੁਰਸੀਆਂ ਭੇਟ ਕੀਤੀਆਂ ਜਾ ਰਹੀਆਂ ਨੇ ਅਤੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਸਮੇਂ ਦੇ ਵਿੱਚ ਸਾਰੀ ਜਥੇਬੰਦੀ ਹੈ ਜਿਹੜੀ ਉਹ ਮੌਜੂਦ ਹੈ ਸੋ ਆਓ ਜੀ ਇਹ ਜੋ ਮੀਟਿੰਗ ਹੋਈ ਹੈ ਇਹ ਪ੍ਰਧਾਨ ਸੁਖਵਿੰਦਰ ਕੌਰ ਸੁਖੀ ਦੀ ਪ੍ਰਧਾਨਗੀ ਹੇਠ ਹੋਈ ਹੈ ਅਤੇ ਆਓ ਕੁਝ ਜਿਹੜੀਆਂ ਗੱਲਾਂ ਬਾਤਾਂ ਨੇ ਆਪਾਂ ਇਸਤਰੀ ਸਭਾ ਬਾਰੇ ਜਿਹੜੀਆਂ ਕਰਨੀਆਂ ਨੇ ਸੋ ਉਹ ਆਪਾਂ ਗੱਲਾਂ ਬਾਤਾਂ ਇਹਨਾਂ ਨੇ ਕਰ ਰਹੇ ਹਾਂ ਕਿ ਅੱਜ ਜਿਹੜੀ ਇਹ ਜਨਵਾਦੀ ਇਸਤਰੀ ਸਭਾ ਹੈ ਅੱਜ ਦੇ ਜੋ ਸਮਾਜ ਦੇ ਵਿੱਚ ਵਤੀਰੇ ਹੋ ਰਹੇ ਨੇ ਜਾਂ ਇਹਨਾਂ ਦਾ ਜਿਹੜਾ ਉਹ ਸਮਾਜ ਨੂੰ ਨਖਾਰਨ ਦੇ ਵਿੱਚ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਜਿਵੇਂ ਜਨਵਾਦੀ ਇਸਤਰੀ ਸਭਾ ਆਪਾਂ ਸਾਰਿਆਂ ਨੇ ਭਗਤ ਸਿੰਘ ਹੋਣਾਂ ਦੀ ਸੋਚ ਅਪਣਾਈ ਹੈ ਕਰਤਾਰ ਸਿੰਘ ਸਰਾਭਾ ਜੀ ਹੋਣਾਂ ਦੀ ਸੋਚ ਅਪਣਾਈ ਹੈ ਸੋ ਇਹਨਾਂ ਦੀ ਸੋਚ ਇਸੇ ਕਰਕੇ ਆ ਵੀ ਜਿਹੜਾ ਜਦੋਂ ਮੁਲਕ ਨੂੰ ਆਜ਼ਾਦ ਕਰਾਇਆ ਸੀ ਇਹੀ ਸੋਚ ਸੋਚੀ ਸੀ ਉਹਨਾਂ ਨੇ ਅਸੀਂ ਗੁਲਾਮ ਮੁਲਕ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਅੰਗਰੇਜ਼ਾਂ ਦੇ ਗੁਲਾਮ ਸੀ ਜਦੋਂ ਮਤਲਬ ਇਹਨਾਂ ਨੇ ਆਪਣੀ ਸੋਚ ਰੱਖੀ ਇਸ ਚੀਜ਼ ਬਾਰੇ ਵੀ ਅਸੀਂ ਆਜ਼ਾਦ ਹੋਣਾ ਤਾਂ ਬੜੀ ਘਾਲਣਾ ਘਰ ਲਈ ਬੜੀਆਂ ਕੁਰਬਾਨੀਆਂ ਦਿੱਤੀਆਂ ਇਹਨਾਂ ਨੇ ਬੜੇ ਹੀ ਇਹਨਾਂ ਨੇ ਮਤਲਬ ਆਪਣੇ ਦ੍ਰਿੜ ਇਰਾਦੇ ਦੇ ਨਾਲ ਆਜ਼ਾਦੀ ਲਈ ਹੈ ਸੋ ਉਹ ਸਾਰਿਆਂ ਨੂੰ ਸੁਨੇਹਾ ਦੇ ਕੇ ਗਏ ਨੇ ਕਿ ਇਹ ਵੀ ਆਪਾਂ ਜਿਹੜੀ ਸੋਚ ਇਹਨਾਂ ਵਾਲੀ ਸੋਚ ਆ ਉਹ ਅਪਣਾਈਏ ਸਾਰੇ ਨੌਜਵਾਨਾਂ ਨੂੰ ਵੀ ਮੈਂ ਇਹੀ ਸੁਨੇਹਾ ਦਊਂਗੀ ਸਾਡੀਆਂ ਬੀਬੀਆਂ ਨੂੰ ਵੀ ਇਹੋ ਹੀ ਸੁਨੇਹਾ ਦਊਂਗੀ ਬਾਕੀ ਜਿਹੜਾ ਮੇਰਾ ਜਨਮ ਹੈ ਉਹ ਮੇਰੇ ਪਰਿਵਾਰ ਦੀ ਇਨਕਲਾਬੀ ਸੋਚ ਹੈ ਸ਼ੁਰੂ ਤੋਂ ਤਾਂ ਅਸੀਂ ਇਸ ਕਰਕੇ ਮੈਂ ਜ਼ਿਆਦਾ ਰੁਚੀ ਰੱਖਦੀ ਹਾਂ ਇਹਨਾਂ ਗੱਲਾਂ ਦੇ ਵਿੱਚ ਕਿ ਜੋ ਜਿਵੇਂ ਭਗਤ ਸਿੰਘ ਹੋਣਾ ਦਾ ਜਨਮ ਹੋਇਆ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਇਹ ਅਪਣਾ ਲਿਆ ਕਿ ਆਜ਼ਾਦੀ ਲੈਣੀ ਉਹ ਲੈਣੀ ਹੈ ਇੱਕ ਗੱਲ ਹੋਰ ਹੈ ਵੀ ਦੇਖੋ ਤੁਸੀਂ ਸਾਡਾ ਪੀਰੀਅਡ ਵੀ ਤੁਸੀਂ ਦੇਖਿਆ ਹੈਗਾ ਦੇਖੋ ਉਸ ਸਮੇਂ ਦੇ ਵਿੱਚ ਦਵਿੰਦਰ ਪੱਪੂ ਜਾਂ ਹਰਪਿੰਦਰ ਜਾਂ ਹਰਪਿੰਦਰ ਯੋਧਾ ਜਾਂ ਡਾਕਟਰ ਪ੍ਰਦੀਪ ਯੋਧਾ ਜਾਂ ਜਿਹੜੇ ਹੋਰ ਸਾਡੇ ਨਾਲ ਇਨਕਲਾਬੀ ਜਿਹੜੇ ਕਿ ਯੋਧੇ ਆਪਣੇ ਕਾਫੀ ਮਤਲਬ ਲੜਕੇ ਸੀ ਅਸੀਂ ਜਿਹੜੇ ਹੈਗੇ ਸੀ ਹੁਣ ਵੀ ਜੁੜੇ ਹੋਏ ਹਾਂ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਦੇ ਵਿੱਚੋਂ ਕੋਈ ਬੱਚੇ ਨਿਕਲ ਕੇ ਬਾਹਰ ਆ ਰਹੇ ਨੇ ਵੀ ਇਸ ਇਨਕਲਾਬੀ ਦੇ ਲਹਿਰ ਦੇ ਵਿੱਚ ਜਿਹੜੇ ਤਾਂ ਜੀ ਇਸ ਨਾਲ ਸੰਬੰਧ ਰੱਖਦੇ ਨੇ ਇਨਕਲਾਬੀ ਸੋਚ ਨਾਲ ਉਹ ਬੱਚੇ ਬਿਲਕੁਲ ਆ ਰਹੇ ਨੇ ਮੂਹਰੇ ਪਰ ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਘਰ 'ਚ ਨਾ ਮਾਪੇ ਦੱਸਦੇ ਨੇ ਨਾ ਟੀਚਰਾਂ ਨੇ ਦੱਸਿਆ ਉਹ ਬਿਲਕੁਲ ਇਹਨਾਂ ਗੱਲਾਂ ਤੋਂ ਬਾਹਰ ਨੇ ਸੋ ਬਹੁਤ ਬੱਚੇ ਨੇ ਇਹੋ ਜਿਹੜੇ ਇਸ ਸੋਚ ਨਾਲ ਸੰਬੰਧ ਰੱਖਦੇ ਨੇ ਉਹ ਸਾਡੇ ਬੱਚੇ ਆਉਂਦੇ ਨੇ ਮੂਹਰੇ ਇਸ ਗੱਲ ਨੂੰ ਸਮਝਦੇ ਨੇ ਵੀ ਸਾਡੀਆਂ ਸਰਕਾਰਾਂ ਸਾਡੇ ਨਾਲ ਕਿੱਥੇ ਵਿਤਕਰੇ ਕਰ ਰਹੀਆਂ ਨੇ ਕਿੱਥੇ ਸਾਡੀਆਂ ਸਰਕਾਰਾਂ ਸਾਨੂੰ ਨੀਚਾ ਦਿਖਾ ਰਹੀਆਂ ਨੇ ਅਸੀਂ ਜਿਵੇਂ ਇਹਨਾਂ ਨੂੰ ਚੁਣ ਕੇ ਤਾਂ ਭੇਜਦੇ ਹਾਂ ਪਰ ਸਾਡੇ ਲਈ ਕਰ ਕੁਛ ਨਹੀਂ ਸਕਦੇ ਕਰ ਸਕਦੇ ਨੇ ਪਰ ਕਰ ਰਹੇ ਨਹੀਂ ਕੁਛ ਵੀ ਤਾਂ ਉਹ ਸਾਡੇ ਬੱਚੇ ਰੱਖਦੇ ਨੇ ਇਸ ਸੋਚ ਨੂੰ ਬਹੁਤ ਮਨ ਦੇ ਵਿੱਚ ਗੁੱਸਾ ਆਉਂਦਾ ਕਈ ਵਾਰੀ ਵੀ ਲੀਡਰ ਜਦੋਂ ਆਉਂਦੇ ਨੇ ਪਿੰਡਾਂ ਦੇ ਵਿੱਚ ਵੋਟਾਂ ਲੈਣ ਉਹਨਾਂ ਨੂੰ ਜਵਾਬ ਸਵਾਲ ਵੀ ਕਰਦੇ ਨੇ ਇਹਨਾਂ ਗੱਲਾਂ ਦੇ ਵੀ ਤੁਸੀਂ ਸਾਡੇ ਨਾਲ ਕਿਹੜੇ ਵਾਅਦੇ ਕਰਕੇ ਗਏ ਸੀ ਅੱਜ ਤੁਸੀਂ ਕਿੱਥੇ ਖੜ੍ਹੇ ਹੋ ਕਿਉਂ ਕੱਲ੍ਹ ਮੈਂ ਦੇਖਿਆ ਕਰਤਾਰ ਸਿੰਘ ਸਰਾਭੇ ਦੇ ਉਸ ਸਮੇਂ ਦੇ ਵਿੱਚ ਉੱਥੇ ਮੈਂ ਦੇਖਿਆ ਵੀ ਖਾਣ ਪੀਣ ਦੀਆਂ ਚੀਜ਼ਾਂ ਜਾਂ ਮਠਿਆਈਆਂ ਜਾਂ ਖਿਡਾਉਣ ਪਰ ਜਿਹੜਾ ਲਿਟਰੇਚਰ ਸੀਗਾ ਮਤਲਬ ਕਿ ਬੱਚਿਆਂ ਨੂੰ ਸਿੱਖਿਆ ਲੈਣ ਵਾਸਤੇ ਮਤਲਬ ਕਿ ਉਹ ਬਿਲਕੁਲ ਨਹੀਂ ਸੀ ਕਿਉਂ ਆਪਾਂ ਕੱਲ੍ਹ ਵੇਖਦੇ ਰਹੇ ਹਾਂ ਸੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸੋ ਇੱਕ ਸਵਾਲ ਮੈਂ ਸਿਰਫ ਪੁੱਛੂੰਗਾ ਦਵਿੰਦਰ ਪੱਪੂ ਜੀ ਦੀ ਮਾਤਾ ਜੀ ਨੂੰ ਵੀ ਹੋਰ ਤੁਹਾਡਾ ਇਸ ਸੰਬੰਧੀ ਜਿਹੜੀ ਰੁਚੀ ਰੱਖੀ ਹੈ ਵੀ ਇਸਦਾ ਕਿੰਨਾ ਕੁ ਤੁਸੀਂ ਹੋਰ ਇਸ ਸਭਾ ਨਾਲ ਜੁੜ ਕੇ ਯੋਗਦਾਨ ਦੇ ਸਕਦੇ ਹੋ ਬਹੁਤ ਯੋਗਦਾਨ ਪਾ ਰਹੇ ਹਾਂ ਅਤੇ ਉਹਨਾਂ ਦੀ ਸਾਡੇ ਦਵਿੰਦਰ ਸਿੰਘ ਪੱਪੂ ਦੀ ਇਹੀ ਸੋਚ ਸੀ ਸਾਰੇ ਪਰਿਵਾਰ ਦੀ ਸੋਚ ਸੀ ਗੌਰੂ ਦੀ ਵੀ ਗੌਰੂ ਦੇ ਬੱਚਿਆਂ ਦੀ ਵੀ ਮਾਤਾ ਦੀ ਵੀ ਮਨਜੀਤ ਕੌਰ ਗੌਰ ਜਿਹੜੀ ਆ ਉਹਨਾਂ ਦੀ ਵੀ ਇੱਕ ਮੁੱਠ ਰਹਿਣਾ ਚਾਹੁੰਦੇ ਹਾਂ ਅਸੀਂ ਸਾਰੇ ਪਿੰਡ ਦੇ ਵਿੱਚ ਵੀ ਅਸੀਂ ਇਹੀ ਕਹਿੰਦੇ ਹਾਂ ਵੀ ਇੱਕ ਮੁੱਠ ਰਹੋ ਜੋ ਵੀ ਆਪਾਂ ਕੰਮ ਕਰਨਾ ਰਲ ਮਿਲ ਕੇ ਕਰੋ ਸਾਰੇ ਵਿਅਕਤੀ ਅਮਲੀ ਰਹੇ ਸਲਾਹ ਨਾਲ ਕਰੋ ਜਿੰਨਾ ਵੀ ਆਪਾਂ 'ਤੇ ਹੋ ਸਕਦਾ ਆਪਾਂ ਵੱਧ ਤੋਂ ਵੱਧ ਚੱਕ ਕੇ ਕਰੋ
जिन्ना भी योगदान पा सकते वह भी पाओ, जिन्ना बच्चों नूं आने वाली पीढ़ी नूं समझा सकते वह भी समझाओ, बाकी जिहड़े बच्चे नशे करदे आ गवर्नमेंट नशे कराउंदी आ उन्हां तों भी बचाओ। सो बहुत वड्डी सोच है जी माता मनजीत कौर जी, दविंदर बापू बेलजीम जी, इन्हां दा योगदान बहुत रहिंदा। बाकी भैन जी परमजीत कौर परम ने दस्सिया भी इन्हों का योगदान इसरी जी जनपदी इसरी सभा उसका बड़ा योगदान रहा है। वह कहें भी अज तक एक छोटी जी कनका भर जी असी अच्छे मदद की है, असी हमेशा मदद ले तैयार रहा, इन्होंने एकजुट रहन वास्ते सानू संदेहा दिता है। नारायण ने जी तकरीबन लगातार 15 साल पहला जदों की जनवादी इसरी सभा इतने योधा के बच्च विकास होया उस समय के बीबी कमलजीत कौर जी मेरे नाल ने, सो उन्होंने आप भी जी गलबात करनी है। तो ये 15 साल मतलब कि कोई समाज के सुधारण वास्ते की अपराध की? हाँ जी, असी हर साल भगत सिंह जी का जन्मदिन मनाने, उत्थे सारे बच्चों जोड़े अजकल की जवान पीढ़ी आ उन्होंने यही संदेश दिने भी जो उन्होंने सोच से उन्होंने चलण का उपराला करो, तुम नशियां तो रहत रहो। बाकी असी स्त्री सभा इसलिए बनाई है कि असी अपने बच्चों ये सीध दे सकी है ना, भी जो जो गलत काम आ जा कि भी बदीकी होंगी असी उत्थे जाके खड़ते हैं, सब तो पहला असी खड़ते हैं जा, असी किसी नाल मतलब ना इंसाफी नहीं होने। बिल्कुल ठीक है जी, क्योंकि बच्चे दी ना पहला जिहड़ी टीचर आ वह माँ होंदी है, जे बच्चे दे अपना दूसरा जिहड़ा टीचर होंदा है वह अध्यापक होंदा है। असी हर साल ही अपने अपने पिंड जोधा च असी मतलब भगत सिंह जी दे मतलब बहुत ज़्यादा असी उन्हां दे उत्ते हाँ योगदान आ, सारियां बीबियां साडे नाल सारा मतलब साडा पिंड ही सारी सहायता कर रहा साडी, हाँ उन्होंने हाँ सपोर्ट नाल असी पूरा एन मुकम्मल अपना करते हैं, जो भी करते हैं काम मुकम्मल करीदा, सानू उन्हां दा बहुत योगदान आ। सब तो बड़ा साडा मतलब जेडे जर्मन तो ने पप्पू वीर जी उन्हां तो, हाँ जी असी जाने के बहुत खुश हाँ, साडे नाल बहुत मतलब जुड़ते जा रहे हैं, साड़ी यही आ सारिया बीबिया अगे अरदास भी अपने बच्चों नू वध तो वध मतलब समा कढ़ के ये गल्लां समझाओ जोड़ो नाल, ये साडा प्रभ जोता जो मुंडा वीडियो बना रहा ये भगत सिंह का रोल करता, उस टाइम इन्हें च इन्ना कु जोश हुंदा ना जिवें सिर्फ सच्ची भगत सिंह बन जाता है, उस टाइम इन्ना जोश दिखाता है, जाने मेरे नाल जो भी बच्चे काम करते हैं पार्टीसपेट करते हैं वो बहुत ही ज़्यादा वधिया करते हैं, मैं इन्हों कोरियोग्राफी वगैरह सारा कुछ करवानी हाँ, मेरे से मतलब उन्दा नाल मेरे सारा सहयोग देंगे ने, सारे बच्चों का मैं धन्यवाद करती हाँ, अपन भैनों का बीबिया का व्ड्या का छोटिया प्यार करते हैं, बस साड़ी यही गल आ भी जो ज मतलब हुण तो सानू साथ मिलता रहा इदो भी वध मिले ता कि असी अपने आने वाली पीढ़ियां सच्ची सेध दे सकी। बहुत बहुत धन्यवाद जी, मैं मतलब कहना चाहना कि सिर्फ कला दविंदर पप्पू बेलजियम ही नहीं, देश विदेशों के जिन्हें भी साढ़े स्रोते समय टीवी चैनल के पंजाबी सांझ टीवी चैनल राही रिपोर्ट देख रहे हैं, सो सारे दोस्त मित्रों मैं यही रिक्वेस्ट करूँगा कि जनवादी इसरी सभा जी है वह पूरी एक्टिव है इस समय योधा के जिमें कि माता मनजीत कौर जी ने अज ये कुर्सियां भेट कीतियां ने गियां, उस तो बाद जो भी कोई कमी या इन्हां नूं कमी या कोई पेशी होर भी कोई आउंदी है सो इसनूं थोड़ा जिहा उभारन वास्ते सानूं सहयोग देण दी लोड़ है जी। सो पंजाबी सांझ वल्लों जिहड़ी है ये सारी ही जथे ब्यूरो रिपोर्ट जगजीत बर सिंह सगू पंजाबी सांझ जर्मन।